ਤੁਹਾਡਾ ਸਾਰਿਆਂ ਦਾ ਇਸ ਚੈਨਲ ਦੇ ਵਿੱਚ ਬਹੁਤ ਬਹੁਤ ਵੈਲਕਮ ਹੈ ਜੀ। ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਸასი ਸ਼ਕਾਰ ਸਲਾਮ, ਨਮਸਕਾਰ, ਅਦਾਬ। ਹੁਣ ਚਲਦੇ ਹਾਂ ਆਪਣੀਆਂ ਅੱਜ ਦੀਆਂ ਨਿਊਜ਼ ਦੇ ਉੱਪਰ। ਉਸ ਤੋਂ ਪਹਿਲਾਂ ਇੱਕ ਬੇਨਤੀ ਕਰਦੀ ਹਾਂ ਕਿ ਜੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ। ਤੇ ਇਸ ਤੋਂ ਇੱਕ ਜ਼ਰੂਰੀ ਹੋਰ ਚੀਜ਼ ਹੁੰਦੀ ਹੈ ਕਿ ਬੈਲ ਆਈਕਨ। ਇਸ ਨੂੰ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਿੱਧੀ ਪਹੁੰਚ ਸਕੇ। ਚਲਦੇ ਹਾਂ ਜੀ ਆਪਣੀ ਅਗਲੀ ਖ਼ਬਰ ਉੱਤੇ। ਅਗਲੀ ਖ਼ਬਰ ਜਿਹੜੀ ਇਟਲੀ ਇਦੇ ਵਿੱਚ ਇਸ ਤਰ੍ਹਾਂ ਕਿ ਇਟਲੀ ਦੇ ਵਿੱਚ ਜਿਹੜੇ ਹਸਪਤਲ ਵਗੈਰਾ ਇਹਨਾਂ ਦੇ ਵਿੱਚ ਜਿਹੜੇ ਕੇਸ ਵਧਣੇ ਸ਼ੁਰੂ ਹੋ ਚੁੱਕੇ ਹਨ ਹਸਪਤਲਾਂ ਦੇ ਉੱਤੇ ਤੇ ਆਈਸੀਯੂ ਦੇ ਉੱਤੇ ਜਿਹੜਾ ਪ੍ਰੈਸ਼ਰ ਹੈ ਉਹ ਵਧਣਾ ਸ਼ੁਰੂ ਹੋ ਚੁੱਕਾ ਹੈ। ਬਾਕੀ ਇਸ ਤੋਂ ਇਲਾਵਾ 4522 ਨਵੇਂ ਕੇਸ ਆਏ ਹਨ। ਤੇ ਇਹਦੇ ਨਾਲ ਹੀ 24 ਲੋਕਾਂ ਦੀ ਡੈਥ ਵੀ ਹੋਈ ਹੈ। ਹੁਣ ਤੁਹਾਨੂੰ ਨੈਕਸਟ ਖਬਰ ਤੇ ਲੈ ਕੇ ਚੱਲਦੇ ਹਾਂ ਨੈਕਸਟ ਖਬਰ ਜਿਹੜੀ ਆਪਣੀ ਆਇਰਲੈਂਡ ਦੇ ਨਾਲ ਸੰਬੰਧਿਤ ਹੈ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਵੈਕਸੀਨ ਜਿਹੜੀ 12 ਸਾਲ ਤੋਂ ਉੱਪਰ ਵਾਲਿਆਂ ਵਾਸਤੇ ਇਟਲੀ ਵਿੱਚ ਲਗਾਈ ਜਾ ਰਹੀ ਹੈ ਤੇ ਆਇਰਲੈਂਡ ਵੀ ਜਿਹੜਾ ਹੈ ਜੀ ਇਟਲੀ ਵਾਲੇ ਰਸਤੇ ਉੱਤੇ ਤੁਰ ਜਿਹੜੇ ਉੱਥੋਂ ਦੇ ਹੈਲਥ ਮਿਨਿਸਟਰ ਸਟੀਫਨ ਡੌਨਲੀ ਹਨ ਉਹਨਾਂ ਨੇ ਇਸ ਚੀਜ਼ ਦੇ ਕਨਫਰਮੇਸ਼ਨ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਜਿੱਦਾਂ ਕਿ 16 ਤੇ 17 ਸਾਲ ਵਾਲੇ ਜਿਹੜੇ ਬੱਚੇ ਸਨ ਆਇਰਲੈਂਡ ਦੇ ਵਿੱਚ ਉਹਨਾਂ ਨੂੰ ਜਿਹੜਾ ਟੀਕਾ ਦਿੱਤਾ ਜਾ ਰਿਹਾ ਸੀ। ਉਹਨਾਂ ਨੇ ਕਿਹਾ ਹੈ ਕਿ 12 ਤੋਂ ਲੈ ਕੇ 15 ਸਾਲ ਵਾਲੇ ਜਿਹੜੇ ਬੱਚੇ ਨੇ ਇਹਨਾਂ ਨੂੰ ਵੀ ਬਹੁਤ ਜ਼ਿਆਦੀ ਜਿਹੜਾ ਟੀਕਾ ਇਹ ਜੀ ਦਿੱਤਾ ਜਾਏਗਾ। ਬਾਕੀ ਹੁਣ ਚੱਲਦੇ ਆ ਆਪਣੇ ਅਗਲੇ ਅਪਡੇਟ ਤੇ। ਅਗਲਾ ਅਪਡੇਟ ਜਿਹੜਾ ਆਪਣਾ ਹੈ ਜੀ ਜਿਹੜਾ ਕਿ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਇਹਨਾਂ ਵੱਲੋਂ ਜਿਹੜਾ ਜਿਹਨੂੰ ਆਪਾਂ CDC ਵੀ ਕਹਿੰਦੇ ਆ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਯੂਐਸਏ ਵਿੱਚ ਇਹਨਾਂ ਨੇ ਕੀ ਕੀਤਾ ਸੀ ਕਿ 마ਸਕ ਵਗੈਰਾ ਜਿਹੜੇ ਸਨ ਉਹ ਵੀ ਹਟਾਏ ਦਿੱਤੇ ਗਏ ਸਨ ਜਿਨ੍ਹਾਂ ਲੋਕਾਂ ਨੇ ਵੈਕਸੀਨ ਲਗਵਾ ਲਈ ਸੀ ਹੁਣ ਕੀ ਹੋਇਆ ਹੈਗਾ ਕਿ ਯੂਐਸਏ ਦੇ ਵਿੱਚ ਜਿਹੜੀ ਸੀਡੀਐਸ ਦੀ ਰਿਪੋਰਟ ਆ ਚੁੱਕੀ ਹੈ ਸੀਡੀਐਸ ਸੌਰੀ ਇਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦੇ ਵੈਕਸੀਨ ਲੱਗ ਚੁੱਕੀ ਹੈ ਇਹਨਾਂ ਨੂੰ ਵੀ ਜਿਹੜੇ 마ਸਕ ਹਨ ਦੁਆਰਾ ਲਗਾਉਣੇ ਪੈਣਗੇ ਇਨਡੋਰ ਦੇ ਵਿੱਚ 마ਸਕਾਂ ਦਾ ਦੁਬਾਰਾ ਜਿਹੜਾ ਉਪਯੋਗ ਕਰਨਾ ਪਵੇਗਾ ਬਾਕੀ ਇਸੇ ਤਰ੍ਹਾਂ ਇੱਕ ਹੋਰ ਲੜਕੀ ਦੇ ਨਾਲ ਵੀ ਮਾਰੀ ਹੋਈ ਹੈ ਵੀ ਇੱਕ ਨੋਵੈਕਸ ਫੈਮਿਲੀ ਦੇ ਨਾਲ ਸੰਬੰਧ ਸੀ ਮਤਲਬ ਇਹ ਜਿਹੜੀ ਲੜਕੀ ਜਿਸ ਦੀ ਕੀ ਡੈਥ ਹੋਈ ਹਸਪਤਾਲੇ ਦੀ ਕੈਸਟੀਨਾਂ ਦੇ ਵਿੱਚ ਇਹਦੇ ਵਿੱਚ ਇਸ ਤਰ੍ਹਾਂ ਆਇਆ ਕਿ ਜਿਸ ਲੜਕੀ ਦੀ ਡੈਥ ਹੋਈ ਹੈ ਉਸ ਦੇ ਮਾਤਾ ਪਿਤਾ ਤੇ ਉਸ ਦਾ ਜਿਹੜਾ ਸਾਰਾ ਪਰਿਵਾਰ ਸੀ ਨੋ ਵੈਕਸ ਨਾਲ ਜੁੜਿਆ ਹੋਇਆ ਸੀ ਮੋਲੀ ਨੇ ਕਿਹਾ ਸੀ ਕਿ ਅਸੀਂ ਵੈਕਸੀਨ ਨਹੀਂ ਲਗਵੋਣੀ ਹੁਣ ਇਹ 11 ਸਾਲਾਂ ਲੜਕੀ ਜਿਹੜੀ ਕਿ ਆਪਣੇ ਪਰਿਵਾਰ ਦੇ ਨਾਲ ਇੱਕ ਸਪੇਨ ਤੋਂ ਵਾਪਸ ਆਈ ਸੀ ਤੇ ਇਹ ਲੜਕੀ ਵੀ ਇਨਫੈਕਟਡ ਹੋ ਜਾਂਦੀ ਹੈ ਪੋਜ਼ਿਟਿਵ ਹੋ ਜਾਂਦੀ ਹੈ ਜਿਹੜਾ ਇਸ ਨੂੰ ਵਾਇਰਸ ਸੀ ਜਿਸ ਦੀ ਜਿਹੜੀ ਵੱਡੀ ਭੈਣ ਸੀ ਉਸ ਤੋਂ ਮਿਲਿਆ ਸੀ ਬਾਕੀ ਇਸ ਪਰਿਵਾਰ ਦੀ ਜੋ ਵੀ ਇਹਨਾਂ ਨੇ ਫੈਸਲਾ ਕੀਤਾ ਸੀ ਕਿ ਵੈਕਸੀਨ ਵਗੈਰਾ ਕਿਸੇ ਨੇ ਵੀ ਨਹੀਂ ਲਗਵਾਨੀ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਇਸ ਲੜਕੀ ਦੇ ਜਿਹੜੇ ਪੇਰੈਂਟਸ ਸਨ ਉਹ ਵੀ ਪੋਜ਼ੀਟਿਵ ਹੋ ਚੁੱਕੇ ਸਨ ਤੇ ਉਸ ਦਾ ਜਿਹੜਾ ਮੁੱਲ ਹੈ ਜਿਉਂ ਨੇ ਆਪਣੀ ਲੜਕੀ ਦੀ ਜਿਹੜੀ ਜਾਨ ਇਹਨਾਂ ਨੇ ਗੁਆਈ ਹੈ ਮਤਲਬ ਇਹ ਕਹਿ ਸਕਦੇ ਹਾਂ ਕਿ ਨੋ ਵੈਕਸ ਜਿਹੜਾ ਕਿ ਵੱਡਾ ਘਾਟਾ ਇਹਨਾਂ ਨੂੰ ਪੈ ਚੁੱਕਾ ਹੈ ਬਾਕੀ ਹੁਣ ਚੱਲਦੇ ਹਾਂ ਆਪਣੀ ਅਗਲੀ ਖਬਰ ਉਤੇ ਅਗਲੀ ਖਬਰ ਜਿਹੜੀ ਆਪਣੀ ਇਟਲੀ ਦੇ ਨਾਲ ਸੰਬੰਧਿਤ ਹੈ ਇਟਲੀ ਵਿੱਚ ਤੁਹਾਨੂੰ ਪਤਾ ਹੈ 1 ਸਤੰਬਰ ਦੇ ਵੀ ਜਿਹੜੇ ਸਕੂਲ ਵਗੈਰਾ ਨਵਾਂ ਸੈਸ਼ਨ ਸ਼ੁਰੂ ਹੋ ਜਾਏਗਾ ਤੇ ਸਕੂ ਹੁਣ ਕੀ ਹੋਏਗਾ ਕਿ ਸਕੂਲ ਦੇ ਵਿੱਚ ਵੀ ਜਿਹੜਾ ਇੱਕ ਜਿੱਦਾਂ ਕੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਟੀਚਰ ਵਗੈਰਾ ਹੋਣਗੇ ਨੌਨ ਟੀਚਿੰਗ ਸਟਾਫ ਹੋਏਗਾ ਜਾਂ ਸਕੂਲਾਂ ਦੇ ਨਾਲ ਸੰਬੰਧ ਜੋ ਵੀ ਸਟਾਫ ਵਗੈਰਾ ਟੀਚਰ ਵਗੈਰਾ ਸਾਰੇ ਹੋਣਗੇ ਇਹਨਾਂ ਨੂੰ ਜਿਹੜੀ ਉਬਲੀਗਟਰੀ ਹੋ ਕੀਤੀ ਜਾ ਰਹੀ ਹੈ ਵੈਕਸੀਨ ਤੇ ਉਹਦੇ ਅਜ ਦੇ ਵਿੱਚ ਹੁਣ ਇੱਕ ਗੱਲ ਹੋਰ ਕਹੀ ਜਾ ਰਹੀ ਹੈ ਕਿ ਜਿਹੜੇ ਸਟੂਡੈਂਟ ਹੋਣਗੇ ਉਹਨਾਂ ਦੇ ਵਾਸਤੇ ਜਿਹੜੀ ਵੈਕਸੀਨ ਹੈ ਜੋ ਉਬਲੀਗਟਰੀ ਚਾਹੀਦੀ ਹੈ ਇਹ ਜਿਹੜਾ ਬਿਆਨ ਆਇਆ ਐ ਐਂਟੋਨੇਲੋ ਜਾਨੇਲੀ ਜਿਹੜੇ ਕਿ ਪ੍ਰੈਜ਼ੀਡੈਂਟ ਆ ਨੈਸ਼ਨਲ ਐਸੋਸੀਏਸ਼ਨ ਆਫ ਬੀਨ ਦੇ ਉਹਨਾਂ ਦਾ ਇਹ ਬਿਆਨ ਆਇਆ ਹੈ ਅਗਰ ਦੁਨਾਂ ਵਿੱਚੋਂ ਕਿਸੇ ਨੂੰ ਵੀ ਜਿਹੜੀ ਵੈਕਸੀਨ ਹੈ ਜੀ ਨਹੀਂ ਕਿਸੇ ਪੱਖ ਨੂੰ ਮਿਲਦੀ ਜਿੱਦਾਂ ਕਿ ਸਟੂਡੈਂਟ ਦੇ ਇੱਕ ਪਾਸੇ ਹੋ ਗਏ ਤੇ ਦੂਸਰੇ ਪਾਸੇ ਜਿਹੜਾ ਆਪਣਾ ਸਟਾਫ ਵਗੈਰਾ ਆਉਂਦਾ ਹੈ ਅਗਰ ਕੋਈ ਪੱਖ ਜਿਹੜਾ ਰਹਿ ਜਾਂਦਾ ਹੈ ਵੈਕਸੀਨ ਤੋਂ ਤਾਂ ਕਹਿੰਦੇ ਨੇ ਕਿ ਜਿਹੜਾ ਇਸ ਦਾ ਫਿਰ ਉੱਤਰ ਇਹ ਹੀ ਹੋ ਸਕਦਾ ਰਿਜ਼ਲਟ ਕਿ ਜਿਹੜਾ ਬੱਚਿਆਂ ਨੂੰ ਆਨਲਾਈਨ ਸਟੱਡੀ ਕਰਵਾਈ ਜਾਏਗੀ ਬੱਚਿਆਂ ਦੇ ਵਾਸਤੇ ਫਿਰ ਜਿਹੜਾ ਮੁਸ਼ਕਲ ਹੋ ਸਕਦਾ ਸਕੂਲ ਦੇ ਵਿੱਚ ਪ੍ਰੈਜ਼ੈਂਟ ਹੋਣਾ ਹੁਣ ਚਲਦੇ ਹਾਂ ਆਪਣੀ ਅੱਜ ਦੀ ਇੱਕ ਬਹੁਤ ਵੱਡੀ ਖ਼ਬਰ ਦੇ ਉੱਤੇ ਖ਼ਬਰ ਜਿਹੜੀ ਜਾਣਨੀ ਸਾਰਿਆਂ ਦੇ ਵਾਸਤੇ ਜ਼ਰੂਰੀ ਹੈ ਇਹ ਜਿਹੜਾ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਜਿੰਨੇ ਵੀ ਲੋਕ ਇਟਲੀ ਵਿੱਚ ਕੰਮ ਕਰਦੇ ਨੇ ਸਾਰਿਆਂ ਦੇ ਵਾਸਤੇ ਇੱਕ ਵੱਡਾ ਖਤਰਾ ਕਹਿ ਸਕਦੇ ਹਾਂ ਕਿਉਂਕਿ ਇਸ ਹਥਿਆਰ ਦਾ ਜਿਹੜਾ ਉਪਯੋਗ ਕਰਕੇ ਕੋਈ ਵੀ ਕਿਸੇ ਨੂੰ ਵੀ ਜਿਹੜਾ ਹੈ ਜੀ ਨੁਕਸਾਨ ਕਹਿ ਸਕਦੇ ਆ ਜਾਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦਾ ਹੈ ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਸਮਝ ਸਕਦੇ ਹੋ ਇਹ ਮਦੀਨਾ ਦੇ ਵਿੱਚ ਜਿਹੜੀ ਉੱਥੋਂ ਦੀ ਅਦਾਲਤ ਹੈ ਜਿਸ ਦਾ ਫੈਸਲਾ ਹੈ ਮਦੀਨਾ ਦਾ ਉਹਨਾਂ ਨੇ ਜਿਹੜਾ ਫੈਸਲਾ ਹੈ ਜੀ ਮਾਲਕਾਂ ਦੇ ਪੱਖ ਦੇ ਵਿੱਚ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੇ ਕੰਮ ਦੇ ਉੱਤੇ ਕੋਈ ਵੀ ਜਿਹੜਾ ਵਰਕਰ ਹੈ ਮੰਨ ਲਓ ਕਿਸੇ ਮਾਲਕ ਦੇ ਕੋਲ ਕੰਮ ਕਰਦਾ ਹੈ ਜਿਹੜਾ ਉਸ ਕੰਮ ਦਾ ਮਾਲਕ ਹੋਏਗਾ ਉਹ ਉਸ ਬੰਦੇ ਨੂੰ ਕੰਮ ਤੋਂ ਕੱਢ ਸਕਦਾ ਹੈ ਉਸ ਦੀ ਜਿਹੜੀ ਸੈਲਰੀ ਹੈ ਜੀ ਰੋਕ ਸਕਦਾ ਹੈ ਪਰ ਕਿਉਂ ਇਸ ਤਰ੍ਹਾਂ ਹੋਏਗਾ ਕਿ ਅਗਰ ਕੋਈ ਬੰਦਾ ਜੀ ਆਪਣੇ ਮਾਲਕ ਕੋਲ ਕੰਮ ਕਰਦਾ ਹੈ ਤਾਂ ਮਾਲਕ ਨੂੰ ਅਗਰ ਮਾਲਕ ਪੁੱਛਦਾ ਹੈ ਕਿ ਤੂੰ ਜੀ ਵੈਕਸੀਨ ਨਹੀਂ ਲਗਵਾਈ ਹੈ ਤੂੰ ਬੰਦਾ ਕਹੇਗਾ ਕਿ ਮੈਂ ਵੈਕਸੀਨ ਨਹੀਂ ਲਗਵਾਉਣੀ ਇੱਕ ਵੈਕਸੀਨ ਨਹੀਂ ਲਗਵਾਨੀ ਹੋਰ ਚੀਜ਼ ਹੁੰਦੀ ਹੈ ਤੇ ਇੱਕ ਜਿਹੜੀ ਵੈਕਸੀਨ ਹੈ ਜਿਹਦੀ ਤੱਕ ਉਸ ਨੂੰ ਤਰੀਕ ਨਹੀਂ ਮਿਲੀ ਉਹ ਇੱਕ ਲਗਜ਼ੀਅਸ ਹੁੰਦੀ ਹੈ ਹੁਣ ਜੇ ਬੰਦੇ ਦੀ ਜਿਹੜੀ ਇੱਛਾ ਨਹੀਂ ਹੋਏਗੀ ਕਿ ਉਹ ਵੈਕਸੀਨ ਨਹੀਂ ਲਗਵਾਏਗਾ ਤਾਂ ਉਸ ਟਾਈਮ ਮਾਲਕ ਕੀ ਕਰ ਸਕਦਾ ਹੈ ਮਾਲਕ ਉਸ ਨੂੰ ਕੰਮ ਤੋਂ ਕੱਟ ਸਕਦਾ ਹੈ ਉਸ ਨੂੰ ਜਿਹੜਾ ਹੈ ਜੀ ਘਰ ਭੇਜ ਸਕਦਾ ਹੈ ਜਾਂ ਜਿਹੜੀ ਉਸ ਦੀ ਸੈਲਰੀ ਵਗੈਰਾ ਉਹ ਵੀ ਰੋਕ ਸਕਦਾ ਹੈ ਇਹ ਜਿਹੜਾ ਕੋਰਟ ਦਾ ਫੈਸਲਾ ਆਇਆ ਹੈ ਹੁਣ ਦੂਜੇ ਪਾਸੇ ਕੀ ਹੁੰਦਾ ਕਿ ਜਿਹੜੇ ਲੋਕ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ ਉਹ ਕਹਿੰਦੇ ਕਿ ਸਾਡਾ ਜਿਹੜਾ ਇੱਕ ਅਧਿਕਾਰ ਹੈ ਸਾਨੂੰ ਜਿਹੜਾ ਹੈ ਸੰਵਿਧਾਨ ਨੇ ਅਧਿਕਾਰ ਦਿੱਤਾ ਕਿ ਅਸੀਂ ਕਿਸੇ ਕੰਮ ਨੂੰ ਚੁਣ ਸਕਦੇ ਹਾਂ ਤੇ ਇਹਦੇ ਪਿੱਛੇ ਜਿਹੜੀ ਕੋਰਟ ਦੀ ਦਲੀਲ ਇਹ ਹੈ ਉਹ ਕਹਿੰਦੇ ਨੇ ਕਿ ਅਧਿਕਾਰ ਜਿਹੜਾ ਹੈ ਜੀ ਤੁਹਾਡਾ ਇੱਕ ਪਾਸੇ ਠੀਕ ਹੈ ਪਰੰਤੂ ਜਿਹੜਾ ਤੁਹਾਡਾ ਇੱਕ ਫਰਜ਼ ਹੁੰਦਾ ਹੈ ਉਹ ਵੀ ਤਾਂ ਨੋਣਾ ਚਾਹੀਦਾ ਹੈ ਕਿ ਜਿਹੜੀ ਬਾਕੀਆਂ ਦੀ ਸੇਫਟੀ ਹੈ ਬਾਕੀ ਲੋਕਾਂ ਦੀ ਉਹ ਵੀ ਤੁਹਾਨੂੰ ਮੇਨਟੇਨ ਰੱਖਣੀ ਪੈਗੀ ਇਸ ਤਰ੍ਹਾਂ ਬੈਲੈਂਸ ਬਣਾ ਕੇ ਰੱਖਣਾ ਪਏਗਾ ਬਾਕੀ ਇਸ ਤਰ੍ਹਾਂ ਇਹ ਜਿਹੜਾ ਫੈਸਲਾ ਹੈ ਜੀ ਹੁਣ ਅਗਰ ਆਪਣੇ ਕੋਰਟ ਨੇ ਇਹ ਫੈਸਲਾ ਦਿੱਤਾ ਹੈ ਤਾਂ ਹੁਣ ਹੋਰ ਨਾ ਪਾਸੇ ਵੀ ਜਿਹੜੇ ਵਰਕਰ ਵਗੈਰਾ ਨੂੰ ਨੁਕਸਾਨ ਹੋ ਸਕਦਾ ਹੈ ਅਗਰ ਕੋਈ ਵਰਕਰ ਜਿਹੜਾ ਹੈ ਜੀ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਉਹਨਾਂ ਦੇ ਸਮੇਂ ਵਿੱਚ ਇਹ ਵੀ ਹੋ ਸਕਦਾ ਹੈ ਕਿ ਕੰਮ ਦੇ ਉੱਤੇ ਜਾਣ ਦੇ ਵਾਸਤੇ ਜਿਹੜਾ ਗ੍ਰੀਨ ਪਾਸ ਹੈ ਜੀ ਉਸ ਦੀ ਲੋੜ ਵੀ ਪੈ ਸਕਦੀ ਹੈ ਹੁਣ ਚਲਦੇ ਹਾਂ ਜੀ ਆਪਣੀ ਅਗਲੀ ਖਬਰ ਉਤੇ ਅਗਲੀ ਖਬਰ ਜਿਹੜੀ ਆਪਣੀ ਇਟਲੀ ਦੇ ਵਾਸਤੇ ਮਾੜੀ ਖਬਰ ਆਪਾਂ ਸੁਣ ਕਹਿ ਸਕਦੇ ਹਾਂ ਯੂਰਪੀਅਨ এনवायरमेंट ਏਜੰਸੀ ਜਿਹਨੂੰ ਆ ਈ ਏ ਦੇ ਨਾਮ ਦੇ ਨਾਲ ਵੀ ਬੁਕਾਰਦੇ ਹਨ ਇਹ ਹਰ ਸਾਲ ਤਕਰੀਬਨ 323 ਸ਼ਹਿਰਾਂ ਦੀ ਸਟੱਡੀ ਕਰਦੀ ਹੈ ਯੂਰਪੀਅਨ ਯੂਨੀਅਨ ਦੇ ਵਿੱਚ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਗੰਦਾ ਸ਼ਹਿਰ ਦੇਖਿਆ ਜਾਂਦਾ ਕਿਹੜਾ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਕਲੀਨ ਹੈ ਜੀ ਸਾਫ਼ ਸੁਥਰਾ ਸ਼ਹਿਰ ਕਿਹੜਾ ਹੈ 323 ਸ਼ਹਿਰਾਂ ਦੇ ਵਿੱਚੋਂ ਇਹਦੇ ਵਿੱਚ ਇਟਲੀ ਦੇ ਜਿਹੜੇ ਸ਼ਹਿਰ ਹਨ ਉਹ ਵੀ ਪਾਰਟਿਸਿਪੇਟ ਕਰਦੇ ਹਨ ਇਸ ਤੋਂ ਲੱਗਦਾ ਜਿਹੜਾ ਇਟਲੀ ਦੇ ਵਾਸਤੇ ਮਾੜੀ ਖ਼ਬਰ ਤੁਹਾਨੂੰ ਇਸ ਕਰਕੇ ਦੱਸ ਰਹੇ ਹਾਂ ਕਿਉਂਕਿ ਇਟਲੀ ਦਾ ਇੱਕ ਸ਼ਹਿਰ ਜਿਸ ਦਾ ਨਾਮ ਹੈ ਕਰਮੋਨਾ ਇਸ ਏਜੰਸੀ ਨੇ ਇਸ ਨੂੰ ਜਿਹੜਾ ਹੈ ਜੀ ਮੋਸਟ ਪੋਲੂਟਿਡ ਸ਼ਹਿਰ ਕਿਦਾਂ ਕੀ ਬਹੁਤ ਜ਼ਿਆਦਾ ਜਿੱਦਾਂ ਕਿ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋਵੇ ਉਸ ਸ਼ਹਿਰ ਦੀ ਕੈਟਾਗਰੀ ਦੇ ਵਿੱਚ ਇਸ ਨੂੰ ਰੱਖਿਆ ਹੈ ਯੂਰਪਨ ਯੂਨੀਅਨ ਦੇ ਸਾਹ ਦੇ ਨਾਲ ਦੇਖੀਏ ਤਾਂ ਇਸ ਨੂੰ ਦੂਜੇ ਨੰਬਰ ਤੇ ਰੱਖਿਆ ਗਿਆ ਹੈ ਕਿ ਪੂਰੇ ਯੂਰਪ ਦੇ ਵਿੱਚ ਮਤਲਬ ਕਰਮੋਨਾ ਤੋਂ ਅੱਗੇ ਇੱਕ ਹੋਰ ਸ਼ਹਿਰ ਹੈ ਯੂਰਪ ਦਾ ਜਿਹੜਾ ਕਿ ਇਸ ਤੋਂ ਵੀ ਜ਼ਿਆਦਾ ਅੱਗੇ ਹੈ ਜਿਹਾ ਪਾਇਟਲੀ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਇਟਲੀ ਵਿੱਚ ਇਹ ਪਹਿਲਾ ਸ਼ੇਅਰ ਬਣ ਜਾਂਦਾ ਹੈ ਬਾਕੀ ਦੇ ਨਾਲ ਤੁਹਾਨੂੰ ਇਹ ਦੱਸ ਜੀ ਕਿ ਸਾਧੇ ਨਾਲ ਸੰਬੰਧਤ ਜਿਹੜੀਆਂ ਇਸ ਟਾਈਮ ਕਾਫੀ ਨੰਬਰ ਦੇ ਵਿੱਚ ਜਿੱਦਾਂ ਕਿ ਇੱਥੇ ਜਿਹੜੀਆਂ ਬਿਮਾਰੀਆਂ ਵਗੈਰਾ ਡਿਜ਼ੀਜ਼ ਵਗੈਰਾ ਵੀ ਲੋਕਾਂ 아이ਫੇ ਜ਼ਿਆਦਾ ਮਿਲਦੀਆਂ ਜਿਹੜੀ ਪਰਸੈਂਟੇਜ ਹੈ ਹੋਰਨਾ ਸ਼ੇਰਾਂ ਦੇ ਮੁਕਾਬਲੇ ਜ਼ਿਆਦਾ ਹੈ ਚਲਦੇ ਹਾਂ ਜੀ ਆਪਣੀ ਅੱਜ ਦੀ ਖਬਰ ਦੇ ਉੱਪਰ ਇਹ ਜਿਹੜੀ ਖਬਰ ਹੈ ਜੇਕ 55 ਸਾਲ ਦੇ ਬੰਦੇ ਦੇ ਨਾਲ ਜੁੜੀ ਹੋਈ ਹੈ ਤੇ ਖਬਰ ਜਿਹੜੀ ਸਮਝਣੀ ਧਿਆਨ ਦੇ ਨਾਲ ਜ਼ਰੂਰੀ ਹੈ ਇਸ ਤਰ੍ਹਾਂ ਹੈ ਕਿ ਇਸ ਸ਼ਖਸ ਦਾ ਨਾਮ ਮਾਰਕੋ ਦੇ ਵਿਲੀਆ ਸੀ ਜਿਸ ਦੀ ਉਮਰ 55 ਸਾਲ ਦੀ ਸੀ ਤੇ ਮਾਰਕੀਟਿੰਗ ਐਕਸਪਰਟ ਸੀ ਆਪਣੇ ਸੈਕਟਰ ਦੇ ਵਿੱਚ ਇਸ ਆਦਮੀ ਦੀ ਖਾਸੀਅਤ ਇਹ ਸੀ ਕਿ ਇੱਕ ਜਿਹੜਾ ਕੈਂਪੇਨ ਚੱਲਦਾ ਨੋ ਵੈਕਸੀਨ ਮਤਲਬ ਇੱਕ ਦੁਨੀਆ ਦੇ ਵਿੱਚ ਇਕੱਠ ਲੋਕਾਂ ਦਾ ਬਣ ਚੁੱਕਾ ਹੈ ਜਿਹੜੇ ਕਿ ਨੋ ਵੈਕਸੀਨ ਨਾਲ ਨਾਮ ਜਾਣੇ ਜਾਂਦੇ ਹਨ ਜਿਨ੍ਹਾਂ ਦਾ ਮਤਲਬ ਹੁੰਦਾ ਹੈ ਕਿ ਉਹਨਾਂ ਨੇ ਜਿਹੜੀ ਵੈਕਸੀਨ ਹੈ ਨਹੀਂ ਲਗਵੋਣੀ ਕਿਉਂਕਿ ਉਹਨਾਂ ਲੋਕਾਂ ਦੇ ਮਨ ਦੇ ਵਿੱਚ ਇੱਕ ਵਿਹਮ ਪੈ ਚੁੱਕਾ ਹੈ ਕਿ ਜੇ ਉਹਨਾਂ ਨੇ ਵੈਕਸੀਨ ਲਗਵਾ ਲਈ ਤਾਂ ਇਸ ਦੇ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਆਪਾਂ ਸਪੈਸ਼ਲੀ ਤੌਰ ਤੇ ਗੱਲ ਕਰ ਰਹੇ ਹਾਂ ਮਾਰਕੋ ਦੇਵੇਲੀਆ ਜਿਹੜੇ ਕਿ ਮਾਰਕੀਟਿੰਗ ਐਕਸਪਰਟ ਹਨ ਤੇ ਮਿਆਮੀ ਦੇ ਵਿੱਚ ਇਹਨਾਂ ਦੀ ਜਿਹੜੀ ਡੈਥ ਹੋ ਚੁੱਕੀ ਹੈ ਹੋਇਆ ਕੀ ਹੈ ਕਿ ਇਹਨਾਂ ਨੇ ਜਿਹੜਾ ਵੈਕਸੀਨ ਨੂੰ ਦੱਸਿਆ ਸੀ ਕਿ ਗੈਰ ਜ਼ਰੂਰੀ ਹੈ ਵੈਕਸੀਨ ਕਿਸੇ ਨੂੰ ਵੀ ਨਹੀਂ ਲਗਵੋਣੀ ਚਾਹੀਦੀ ਇਹਨਾਂ ਦਾ ਕਹਿਣਾ ਸੀ ਤੇ ਨਾਲ ਇਹਨਾਂ ਨੇ ਮਾਸਕ ਦੇ ਉੱਪਰ ਵੀ ਇਹੀ ਬਿਆਨ ਦਿੱਤੇ ਸਨ ਕਿ ਜਿਹੜੇ ਮਾਸਕ ਲਾਉਣੇ ਬੇਕਾਰ ਹਨ ਇਹਨਾਂ ਦਾ ਕੋਈ ਵੀ ਮਕਸਦ ਨਹੀਂ ਹੈ ਨਾਲ ਹੀ ਇਹਨਾਂ ਨੇ ਲੋਕਾਂ ਨੂੰ ਇਹ ਵੀ ਸਮਝਾਉਣਾ ਸ਼ੁਰੂ ਕੀਤਾ ਸੀ ਕਿ ਜਿਹੜਾ ਕੋਵਿਡ ਹੈ ਤੇ ਇੱਕ ਤਰ੍ਹਾਂ ਦਾ ਫਲੂ ਹੈ ਤੇ ਇਸ ਨੂੰ ਆਪਾਂ ਘਰ ਦੇ ਵਿੱਚ ਹੀ ਠੀਕ ਕਰ ਸਕਦੇ ਹਾਂ ਹੁਣ ਇਸ ਸ਼ਖਸੀ ਜਿਹੜੀ ਮੌਤ ਹੈ ਜੀ ਉੱਥੇ ਹੋ ਚੁੱਕੀ ਹੈ ਮਿਆਮੀ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਹੀ ਮੌਤ ਹੋਈ ਹੈ ਤੇ ਆਈਸੂ ਜੀ ਦੇ ਵਿੱਚ ਇਹਨਾਂ ਨੂੰ ਵੈਂਟੀਲੇਟਰ ਦੇ ਉੱਪਰ ਵੀ ਰੱਖਿਆ ਗਿਆ ਸੀ ਫੇਫੜਿਆਂ ਦੇ ਵਿੱਚ ਟਿਊਬ ਵਗੈਰਾ ਵੀ ਪਾਈ ਗਈ ਸੀ ਤਾਂ ਕਿ ਜਿਹੜੀ ਆਕਸੀਜਨ ਵਗੈਰਾ ਫੇਫੜਿਆਂ ਤੱਕ ਪਹੁੰਚਾਈ ਜਾ ਸਕੇ ਫਿਰ ਵੀ ਜਿਹੜਾ ਬਚਾਅ ਨਹੀਂ ਹੋਇਆ ਤੇ ਜਾਨ ਚਲੀ ਗਈ ਹੈ ਬਾਕੀ ਵੀਡੀਓ ਦੇ ਅੰਤ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਆਪਣਾ ਜਿਹੜਾ ਸਮਾਂ ਕੱਢ ਕੇ ਵੀਡੀਓ ਦੇਖੀ ਹੈ ਪੂਰੀ ਵੀਡੀਓ ਦੇਖੀ ਹੈ ਇੱਥੇ ਤੱਕ ਤੁਸੀਂ ਵੀਡੀਓ ਦੇਖੀ ਹੈ ਇਸ ਦੇ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਾਕੀ ਇੱਕ ਜੇ ਨਹੀਂ ਕੀਤਾ ਤੇ ਇੱਕ ਵਾਰ ਚੈੱਕ ਕਰ ਲਓ ਜੇ ਸਬਸਕ੍ਰਾਈਬ ਬਟਨ ਦਾ ਰੰਗ ਲਾਲ ਆ ਰਿਹਾ ਤੇ ਇਸ ਦਾ ਮਤਲਬ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੈ ਇਸ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ ਤੋਂ ਵੀਡੀਓ ਦੇਖੀ ਇੱਕ ਵਾਰ ਫਿਰ ਧੰਨਵਾਦ